ਤਾਲ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾ
ਵੱਡੇ ਹੋਏ ਜ਼ੁਲਮ ਲੋਕਾਂਗੇ ਆਖਿਆ ਵੰਗਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਭਾਰਤ ਤੋਂ ਲਾਲ ਵਾਰ ਦੇ ਪਟਨੇ ਤੋਂ ਅਨੰਦਪੁਰ ਆ ਕੇ ਕਈਆਂ ਨੂੰ ਤਾਰਿਆ ਲੱਖਾਂ ਨੇ ਦਰਸ਼ਨ ਕਰਕੇ ਆਪਸ ਵਾਰਿਆ ਕਈਆਂ ਕਰਮੋਰਿਆ ਕਾਲਾਂ ਨਾਲ ਮੋਹਰਾ ਪੜੀਆਂ।
ਮੇਰੀ ਪਈ ਮੰਜ ਧਾਰ ਸੀ ਹਿੰਦ ਵਾਲੀ, ਤਾਣ ਲਾ ਕੇ ਪਾਰ ਲਗਾਉਣ ਵਾਲੇ ਦੇ ਕੇ ਥਾਪੜਾ ਆਪਣੇ ਯੋਧਿਆਂ ਨੂੰ, ਮਸਤ ਹਾਥੀਆਂ ਨਾਲ ਲੜਾਉਣ ਵਾਲੇ ਵੀਰ ਖਾਲਸਾ ਪੰਥ ਰਚਾਉਣ ਵਾਲੇ, ਟੋਟੇ ਜਿਗਰ ਦੇ ਟੋਟੇ ਕਰਵਾਉਣ ਵਾਲੇ, ਪਿਆਕੇ ਅੰਮ੍ਰਿਤ ਦੀ ਬੂੰਦ ਪਿਆਰਿਆਂ ਨੂੰ, ਸਵਾ ਲੱਖ ਨਾਲ ਲੜਾਉਣ ਵਾਲੇ, ਪਿਆਕੇ ਅੰਮ੍ਰਿਤ ਦੀ ਬੂੰਦ ਪਿਆਰਿਆਂ ਨੂੰ, ਸਵਾ ਲੱਖ ਨਾਲ ਲੜਾਉਣ ਵਾਲੇ। ਉਸ ਸਮੇਂ ਦੇ ਮਾਹੌਲ ਨੂੰ ਪੇਸ਼ ਕਰਨ ਤੋਂ ਪਹਿਲਾਂ ਆਓ ਆਪਸ ਦੇ ਵਿੱਚ ਪਾਈਏ ਫਤਿਹ ਦੀ ਸਾਂਝ, ਮਨੋਵਿਰਤੀਆਂ ਇਕਾਗਰ ਕਰਦੇ ਹੋਏ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨੰਦਪੁਰ ਸ਼ਹਿਰ ਜਿੱਥੇ ਗੁਰੂ ਸਾਹਿਬ ਸਾਡੇ ਸੱਚੇ ਰਹਿਬਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਸਮੇਤ ਵੱਸ ਰਹੇ ਨੇ। ਅਨੰਦਪੁਰ ਨਗਰੀ ਦੇ ਵਿੱਚ ਇੰਨੀ ਰੌਣਕ, ਇੰਨਾ ਵਧੀਆ ਮਾਹੌਲ ਅਨੰਦਪੁਰ ਨਗਰੀ ਦੇ ਵਿੱਚ ਕਿ ਪਾਪੀਆਂ ਤੋਂ ਉਹ ਮਾਹੌਲ, ਪਾਪੀਆਂ ਤੋਂ ਸਿੰਘਾਂ ਦੀ ਚੜ੍ਹਦੀ ਕਲਾ ਵੇਖ ਕੇ ਜਈ ਨਹੀਂ ਗਈ। ਉਹਨਾਂ ਆਖਿਆ ਕਿ ਤੁਸੀਂ ਅਨੰਦਪੁਰ ਦੀ ਇਸ ਹਰੀ ਭਰੀ ਨਗਰੀ ਨੂੰ ਛੱਡ ਕੇ ਨਿਕਲ ਜਾਓ ਤੇ ਤੁਹਾਡੇ ਤੇ ਕੋਈ ਹਮਲਾ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ਕੁਰਾਨ ਦੀਆਂ ਕਸਮਾਂ ਖਾਧੀਆਂ, ਉਹਨਾਂ ਨੇ ਆਪਣੇ ਇਸ਼ਟਾਂ ਦੀਆਂ ਕਸਮਾਂ ਖਾਧੀਆਂ ਤੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਸਮੇਤ ਉਸ ਮਾਹੌਲ ਨੂੰ ਛੱਡ ਕੇ ਜਾ ਰਹੇ ਨੇ ਜਿੱਥੇ ਸਿੰਘ ਸ਼ਸਤਰ ਵਿਦਿਆ ਦੇ ਯੋਧ ਸਿੱਖ ਰਹੇ ਨੇ, ਜਿੱਥੇ ਸਿੰਘ ਕਵੀ ਦਰਬਾਰ ਕਰ ਰਹੇ ਨੇ, ਜਿੱਥੇ ਮਾਤਾ ਜੀ ਹੁਣੀ ਆਪਣੇ ਬੱਚਿਆਂ ਦੇ ਨਾਲ ਖੇਡ ਰਹੇ ਨੇ, ਜਿੱਥੇ ਗੁਰੂ ਦੇ ਚਾਰ ਸਾਹਿਬਜ਼ਾਦਿਆਂ ਨੂੰ ਉਹ ਸਾਰੀਆਂ ਸੁੱਖ ਸਹੂਲਤਾਂ ਮਿਲ ਰਹੀਆਂ ਨੇ ਜਿਹੜੀਆਂ ਉਸ ਸਮੇਂ ਦੇ ਨਵਾਬਾਂ ਦੇ ਬੱਚਿਆਂ ਨੂੰ ਮਿਲਦੀਆਂ ਸੀ। ਇੰਨਾ ਵਧੀਆ ਮਾਹੌਲ ਦੇਖ ਕੇ ਦੁਸ਼ਮਣ ਤੋਂ ਜਲਿਆ ਨਾ ਗਿਆ। ਉਸਨੇ ਵਾਰ ਵਾਰ ਕਹਿਣ ਤੇ ਗੁਰੂ ਸਾਹਿਬ ਤੋਂ ਅਨੰਦਪੁਰ ਦਾ ਕਿਲ੍ਹਾ ਛਡਾਉਣ ਲਈ ਗੁਰੂ ਸਾਹਿਬ ਨੂੰ ਰਾਜੀ ਕਰ ਲਿਆ। ਗੁਰੂ ਸਾਹਿਬ ਸਿੰਘਾਂ ਦਾ ਹੁਕਮ ਮੰਨ ਕੇ ਉਸ ਅਨੰਦਪੁਰ ਕਿਲ੍ਹੇ ਨੂੰ ਛੱਡਣ ਜਾ ਰਹੇ ਨੇ, ਜਿਸ ਅਨੰਦਪੁਰ ਦੇ ਵਿੱਚ ਗੁਰੂ ਸਾਹਿਬ ਆਪ ਵਸਦੇ ਸੀ, ਜਿਸ ਅਨੰਦਪੁਰ ਦੇ ਵਿੱਚ ਬੇਗਮਪੁਰਾ ਆਪ ਵਸਦਾ ਸੀ, ਸਤਿਗੁਰੂ ਆਪ ਉਸ ਸ਼ਹਿਰ ਦੇ ਵਿੱਚ ਵਸਦੇ ਸੀ। ਉਸ ਸ਼ਹਿਰ ਤੋਂ ਜਦੋਂ ਉਸ ਸ਼ਹਿਰ ਨੂੰ ਗੁਰੂ ਸਾਹਿਬ ਛੱਡ ਕੇ ਜਾ ਰਹੇ ਨੇ, ਸਰਸਾ ਨਦੀ ਦੇ ਕਿਨਾਰੇ ਸਵੇਰ ਨੂੰ ਆਸਾ ਕੀ ਵਾਰ ਦਾ ਕੀਰਤਨ ਚੱਲ ਰਿਹਾ, ਦੀਵਾਨ ਚੱਲ ਰਿਹਾ, ਉਧਰ ਸਰਸਾ ਨਦੀ ਵੀ ਫਾਟਾ ਮਾਰ ਰਹੀ ਹੈ, ਆਪਣਾ ਜੋਸ਼ ਦਿਖਾ ਰਹੀ ਹੈ ਕਿ ਉਧਰ ਜ਼ੁਲਮ ਦੇ ਹਕੂਮਤ ਦੇ ਪਾਪੀ ਵੀ ਆਪਣਾ ਜੋਸ਼ ਦਿਖਾ ਰਹੇ ਨੇ ਤੇ ਇੱਧਰ ਸਰਸਾ ਨਦੀ ਵੀ ਆਪਣਾ ਜੋਸ਼ ਦਿਖਾ ਰਹੀ ਹੈ। ਇਹਨਾਂ ਦੋਨਾਂ ਦੇ ਜੋਸ਼ਾਂ ਵਿਚਕਾਰ ਗੁਰੂ ਸਾਹਿਬ ਸਰਸਾ ਨਦੀ ਦੇ ਕਿਨਾਰੇ ਦੀਵਾਨ ਲਾ ਕੇ ਬੈਠੇ ਨੇ। ਉਸ ਦੀਵਾਨ ਦੇ ਵਿੱਚ ਸਵੇਰ ਦਾ ਸਮਾਂ ਆਸਾ ਕੀ ਵਾਰ ਦਾ ਕੀਰਤਨ ਚੱਲ ਰਿਹਾ ਤੇ ਉਧਰੋਂ ਮੁਗਲੀਆ ਹਕੂਮਤ ਦੇ ਲੋਕ ਸਿਪਾਹੀ ਗੁਰੂ ਸਾਹਿਬ ਦੇ ਲੱਖਾਂ ਦੀ ਗਿਣਤੀ ਦੇ ਵਿੱਚ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪਣੀ ਫੌਜ ਲੈ ਕੇ ਹਮਲਾ ਕਰਦੇ ਨੇ। ਗੁਰੂ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗਿਆ, ਕੁਝ ਸਿੰਘਾਂ ਨੇ ਉਹਨਾਂ ਨੂੰ ਰੋਕਣਾ ਚਾਹਿਆ ਪਰ ਗੁਰੂ ਸਾਹਿਬ ਕਹਿੰਦੇ ਪਹਿਲਾਂ ਤੂਫਾਨ ਦੀ ਸਮਾਪਤੀ ਹੋਵੇਗੀ, ਫਿਰ ਸਰਸਾ ਨਦੀ ਪਾਰ ਕੀਤੀ ਜਾਵੇਗੀ। ਸਰਸਾ ਨਦੀ ਜਦੋਂ ਪਾਰ ਕੀਤੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉੱਥੇ ਪਰਿਵਾਰ ਸੀ ਗੁਰੂ ਦਾ, ਜਿਹੜੇ ਗੁਰੂ ਦੇ ਸਿੰਘ ਸੀ, ਪਰਿਵਾਰ ਸੀ, ਖਾਲਸਾ ਪੰਥ ਸੀ, ਉਹ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਇੱਕ ਹਿੱਸਾ ਭਾਈ ਮਨੀ ਸਿੰਘ ਦਿੱਲੀ ਵੱਲ ਨੂੰ ਰਵਾਨਾ ਹੋਏ, ਇੱਕ ਹਿੱਸਾ ਗੁਰੂ ਗੋਬਿੰਦ ਸਿੰਘ ਜੀ
ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਉਹਨਾਂ ਦੇ ਨਾਲ, ਤੇ ਤੀਸਰਾ ਜਿਹੜਾ ਹਿੱਸਾ ਸੀ ਉਹ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ। ਇਹ ਤਿੰਨ ਜੰਜਾਂ ਸਰਸਾ ਨਦੀ ਦੇ ਕਿਨਾਰੇ ਨਿਕਲੀਆਂ। ਉਹਨਾਂ ਦੇ ਵਿੱਚੋਂ ਅੱਜ ਅਸੀਂ ਤੁਹਾਡੇ ਨਾਲ ਦੂਸਰੀ ਜੰਜ ਦੀ ਗੱਲ ਕਰਾਂਗੇ, ਭਾਵ ਕਿ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਜੰਜ ਸਰਸਾ ਨਦੀ ਦੇ ਕਿਨਾਰਿਓਂ ਨਿਕਲੀ ਆ, ਉਸ ਜੰਜ ਦੀ ਗੱਲ ਕਰਾਂਗੇ। ਮਾਤਾ ਅਤੇ ਛੋਟੇ ਸਾਹਿਬਜ਼ਾਦੇ ਪਰਿਵਾਰ ਦੇ ਨਾਲੋਂ ਵਿਛੜ ਗਏ ਨੇ, ਜੰਗਲਾਂ ਦੇ ਵਿੱਚ ਜਾ ਰਹੇ ਨੇ, ਮੌਜਾਂ ਮਾਣਨ ਵਾਲੇ ਬੱਚੇ, ਸਮੇਂ ਸਿਰ ਰੋਟੀ ਖਾਣ ਵਾਲੇ ਬੱਚੇ, ਸ਼ਾਹੀ ਪੁਸ਼ਾਕਾਂ ਪਾਉਣ ਵਾਲੇ ਬੱਚੇ ਭੁੱਖ ਨੂੰ ਇਸ ਤਰ੍ਹਾਂ ਡਰ ਰਹੇ ਨੇ ਜਿਵੇਂ ਉਹਨਾਂ ਦੇ ਅੰਦਰ ਗੁਰੂ ਦਾ ਜਸ ਵਸ ਗਿਆ ਹੋਵੇ। ਵਾਕਈ ਸੱਚ ਗੱਲ ਹੈ ਕਿ ਜਿਸ ਤਰ੍ਹਾਂ ਉਹਨਾਂ ਦੀ ਪਰਵਰਿਸ਼ ਹੋਈ ਸੀ, ਉਹਨਾਂ ਦੇ ਲਈ ਇਹ ਜੰਗਲ ਤੇ ਮੌਤ ਕੁਝ ਵੀ ਨਹੀਂ ਸੀ, ਕਿਉਂਕਿ ਉਹਨਾਂ ਦੀ ਪਰਵਰਿਸ਼ ਹੀ ਸ਼ੁਰੂ ਤੋਂ ਇਸ ਤਰ੍ਹਾਂ ਹੋਈ ਸੀ। ਅੱਜ ਸਾਡੇ ਬੱਚਿਆਂ ਨੂੰ ਜੇਕਰ ਮਾਂ ਇੱਕ ਦਿਨ ਕਿਤੇ ਗਈ ਹੋਵੇ, ਇੱਕ ਸਮੇਂ ਦੀ ਰੋਟੀ ਨਾ ਮਿਲੇ, ਤਾਂ ਘਰ ਦੇ ਵਿੱਚ ਲੜਾਈ ਕਲੇਸ਼ ਪੈ ਜਾਂਦਾ, ਤੇ ਧੰਨ ਮਾਂ ਗੁਜਰੀ ਤੇ ਧੰਨ ਉਹਦੇ ਪੋਤੇ ਜਿਹੜੇ ਇੰਨਾ ਸਫ਼ਰ ਤੈਅ ਕਰਦੇ ਹੋਏ ਤੇ ਰਸਤੇ ਦੇ ਵਿੱਚ ਕਿਸੇ ਚੀਜ਼ ਦੀ ਮੰਗ ਨਹੀਂ ਕਰਦੇ ਕਿ ਉਹਨਾਂ ਨੂੰ ਭੁੱਖ ਲੱਗੀ ਏ, ਉਹਨਾਂ ਨੂੰ ਤ੍ਰੇਹ ਲੱਗੀ ਏ। ਜਿਸ ਤਰ੍ਹਾਂ ਮਾਤਾ ਉਹਨਾਂ ਨੂੰ ਲੈ ਕੇ ਜਾ ਰਹੀ ਏ ਤੇ ਰਸਤੇ ਦੇ ਵਿੱਚ ਉਹਨਾਂ ਨੂੰ ਗੰਗੂ ਮਿਲ ਗਿਆ, ਗੰਗੂ ਰਸੋਈਆ। ਕਹਿੰਦੇ ਨੇ ਕਿ ਗੰਗੂ ਰਸੋਈਏ ਨੇ 21 ਸਾਲ ਗੁਰੂ ਸਾਹਿਬ ਦੇ ਘਰ ਦੇ ਵਿੱਚ ਰਸੋਈ ਦੀ ਸੇਵਾ ਕੀਤੀ। ਉਹਨਾਂ ਨੂੰ ਗੰਗੂ ਰਸੋਈਆ ਮਿਲ ਗਿਆ ਤੇ ਗੰਗੂ ਰਸੋਈਆ ਉਹਨਾਂ ਨੂੰ ਆਪਣੇ ਘਰ ਲਿਜਾਂਦਾ। ਉਧਰ ਗੰਗੂ ਨੇ ਦੇਖਿਆ ਕਿ ਰਾਜਪਾਲ ਖੁੱਸ ਗਿਆ, ਗੁਰੂ ਸਾਹਿਬ ਵਿਛੜ ਗਏ, ਪਰਿਵਾਰ ਖੇਰੂ ਖੇਰੂ ਹੋ ਗਿਆ, ਤੇ ਹੁਣ ਇਹਨਾਂ ਦੇ ਕੋਲ ਕੁਝ ਨਹੀਂ ਹੈ, ਇਹਨਾਂ ਦੇ ਕੋਲ ਕੁਝ ਮੋਹਰਾਂ ਨੇ। ਗੰਗੂ ਲਾਲਚ ਵਸ ਹੋ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰ ਕੌਰ ਨੂੰ ਆਪਣੇ ਘਰ ਲੈ ਗਿਆ। ਆਪਣੇ ਘਰ ਲਿਜਾ ਕੇ ਉਸਨੇ ਉਹਨਾਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਨੂੰ ਰੱਖਿਆ, ਤੇ ਮਾਤਾ ਨੂੰ ਵੀ ਵਿਸ਼ਵਾਸ ਸੀ ਕਿ ਗੰਗੂ ਸਾਡੇ ਘਰ ਦਾ ਰਸੋਈਆ ਹੈ, ਇੱਥੇ ਮੇਰੇ ਪੋਤੇ ਸੁਰੱਖਿਅਤ ਨੇ। ਪਰ ਇਹ ਲਾਲਚੀ ਮਨ, ਇਹ ਮਨੁੱਖ ਦਾ ਮਨ ਪਤਾ ਨਹੀਂ ਕਦੋਂ ਲਾਲਚੀ ਹੋ ਜਾਂਦਾ। ਜਿਸ ਗੰਗੂ ਨੇ 21 ਸਾਲ ਸੇਵਾ ਕੀਤੀ, ਉਹ ਗੰਗੂ ਦਾ ਮਨ ਵੀ ਬਦਲ ਗਿਆ। ਉਸ ਗੰਗੂ ਨੇ ਸੋਚਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਕੋਲ ਕੀ ਹੈ, ਇਹ ਹਕੂਮਤ ਦੇ ਬਾਗੀ ਨੇ, ਇਹਨਾਂ ਦੇ ਕੋਲ ਹੁਣ ਕੁਝ ਪੈਸੇ ਨੇ, ਮੈਂ ਉਹ ਪੈਸੇ ਲੈ ਲੈਣਾ ਤੇ ਇਹਨਾਂ ਨੂੰ ਮਾਰ ਦੇਣਾ। ਆਪਣੀ ਮਾਂ ਨੂੰ ਗੰਗੂ ਹੌਲੀ ਜਿਹੀ ਆਵਾਜ਼ ਮਾਰਦਾ ਤੇ ਕੰਨ ਦੇ ਵਿੱਚ ਕਹਿੰਦਾ, ਦੁਕਾਨ ਦੇ ਉੱਤੋਂ ਜ਼ਹਿਰ ਲਿਆ ਕੇ ਦਿੰਦਾ ਤੇ ਕੰਨ ਦੇ ਵਿੱਚ ਕਹਿੰਦਾ ਕਿ ਮੈਂ ਉਹ ਸੌਗਾਤ ਬੱਚਿਆਂ ਦੇ ਲਈ ਲੈ ਕੇ ਆਇਆ ਅਤੇ ਮਾਤਾ ਜੀ ਲਈ ਲੈ ਕੇ ਆਇਆ, ਜਿਨ੍ਹਾਂ ਨੂੰ ਖਾਣ ਦੇ ਨਾਲ ਇਹ ਮਰ ਜਾਣਗੇ, ਭਾਵ ਮੈਂ ਜ਼ਹਿਰ ਲੈ ਕੇ ਆਇਆ, ਤੂੰ ਇਹਨਾਂ ਨੂੰ ਖਾਣੇ ਦੇ ਵਿੱਚ ਜ਼ਹਿਰ ਪਾ ਕੇ ਦੇ ਦੇ ਤੇ ਜਿਹੜਾ ਇਹਨਾਂ ਦਾ ਧਨ ਦੌਲਤ ਆ ਉਹ ਆਪਣੇ ਕੋਲ ਆ ਜਾਏਗਾ। ਮਾਂ ਗੰਗੂ ਦੀ ਸਮਝਦਾਰ ਸੀ, ਮਾਂ ਨੇ ਉਸਨੂੰ ਵਰਤਿਆ, ਮਾਂ ਨੇ ਉਸਨੂੰ ਰੋਕਿਆ ਕਿ ਗੰਗੂ ਤੂੰ ਕਿਉਂ ਇਹ ਪਾਪ ਕਮਾ ਰਿਹਾ, ਇਹ ਜਿੰਦਾ ਨਾਲ ਕਿਉਂ ਤੂੰ ਏਡਾ ਗੈਰ ਕਮਾ ਰਿਹਾ। ਆਓ ਉਸ ਸਮੇਂ ਦੇ ਵਾਰਤਾਲਾਪ ਨੂੰ, ਕਿਵੇਂ ਗੰਗੂ ਆਪਣੀ ਮਾਤਾ ਨੂੰ ਕਹਿ ਦਿੰਦਾ, ਮੇਰੇ ਵੀਰ ਕਵੀਸ਼ੀ ਜੱਥਾ ਧਰਮਿੰਦਰ ਸਿੰਘ ਬੁੱਢੇਆਲ, ਵੀਰ ਜੋਰਾਵਰ ਸਿੰਘ ਬੁੱਢੇਆਲ, ਵੀਰ ਈਸ਼ਰ ਸਿੰਘ ਬੁੱਢੇਆਲ ਅਤੇ ਦਾਸ ਨਿਰਮਲ ਸਿੰਘ ਸਿੱਧਵਾਂ ਕਲਾਂ ਤੋਂ, ਆਓ ਉਸ ਸਮੇਂ ਦੇ ਵਾਰਤਾਲਾਪ ਨੂੰ ਗੰਗੂ ਆਪਣੀ ਮਾਂ ਦੇ ਨਾਲ ਕਿਸ ਤਰ੍ਹਾਂ ਵਾਰਤਾਲਾਪ ਕਰਦਾ, ਇਹ ਕਵੀਸ਼ੀ ਦੇ ਰਾਹੀਂ ਇੰਜ ਸਰਵਨ ਕਰੋ ਜੀ। ਜਾਨ ਪਾਪੀ ਡਈ ਜੈ ਰਹੀ ਮਾਂ ਨੂੰ ਕਰ ਕਲੀ, ਕਹਿਣ ਲੱਗਾ ਹੁਣ ਨਾ ਪਵੇਗੀ ਕਾਲੇ
ਗੰਗੂ ਆਪਣੀ ਮਾਤਾ ਸੋਭੀ ਨੂੰ ਆਖਦਾ ਕਿ ਮਾਤਾ ਤੂੰ ਖਾਣੇ ਦੇ ਵਿੱਚ ਜ਼ਹਿਰ ਮਿਲਾ ਕੇ ਗੁਰੂ ਦੇ ਪਰਿਵਾਰ ਇੱਥੇ ਹੀ ਖਤਮ ਕਰ ਦੇ। ਪਰ ਸੰਗਤ ਜੀ, ਮਾਂ ਦਾ ਦਿਲ ਬੜਾ ਕੋਮਲ ਹੁੰਦਾ, ਇਹ ਕਿਸੇ ਦੇ ਬੱਚੇ ਨੂੰ ਵੀ ਦੁਖੀ ਦੁਖੀ ਦੇਖ ਕੇ ਜਾ ਨਹੀਂ ਸਕਦੀ ਤੇ ਕਿਸੇ ਦੇ ਵੀ ਬੱਚੇ ਦਾ ਬੁਰਾ ਨਹੀਂ ਕਰਦੀ। ਭਾਵੇਂ ਗੰਗੂ ਦੀ ਮਾਂ ਸੀ, ਉਹ ਸਾਹਿਬਜ਼ਾਦਿਆਂ ਨੂੰ ਗੰਗੂ ਦੇ ਨਾਲ ਰਲ ਕੇ ਖਤਮ ਕਰ ਸਕਦੀ ਸੀ, ਪਰ ਉਸ ਮਾਂ ਨੇ ਗੰਗੂ ਨੂੰ ਲਾਂਘਾ ਪਾਈਆਂ ਕਿ ਗੰਗੂ, ਜੇ ਮੈਨੂੰ ਇੰਜ ਪਤਾ ਹੁੰਦਾ ਕਿ ਤੂੰ ਵੱਡੇ ਹੋ ਕੇ ਆ ਜੁਰਮ ਕਰਨ ਬਾਰੇ ਸੋਚਣਾ ਸੀ, ਮੈਂ ਤੈਨੂੰ ਜੰਮਦੇ ਨੂੰ ਮਾਰ ਕਿਉਂ ਨਾ ਦਿੰਦੀ। ਗੰਗੂ, ਤੂੰ ਨਰਕਾਂ ਨੂੰ ਜਾਏਗਾ, ਤੂੰ ਆਪਣੇ ਮਨ ਦੇ ਵਿੱਚ ਇਹ ਪਾਪ ਸੋਚ ਵੀ ਕਿੱਦਾਂ ਲਿਆ। ਸੋਭੀ ਗੰਗੂ ਨੂੰ ਕੀ ਕਹਿੰਦੀ ਆ, ਉਸ ਸਮੇਂ ਦਾ ਵਾਰਤਾਲਾਪ ਆਓ ਕਵਿ ਸ਼੍ਰੀ ਜੱਥੇ ਤੋਂ ਇੰਜ ਸਰਵ ਕਰਦੇ ਹਾਂ। ਦਾਦੀ ਪੋਤੇ ਮਾਰ ਦਈਏ ਸੁਣੀ ਗੱਲ ਜਾਣ, ਜੈ ਰਵੇ ਕਮਾਂ ਦੇ ਸੀਨੇ ਪਏ ਸਭ ਜਾਣ, ਜੈ ਰਵੇ ਕਮਾਂ ਦੇ ਸੀਨੇ ਪਏ ਸਭ ਜਾਣ, ਆਪਣੇ ਬਣਾ ਕੇ ਬੇਟਾ ਕਰੀ ਵੈਰ ਨਾ, ਸੋਭੀ ਕਹਿੰਦੀ ਗੰਗੂਆ ਕਮਾਂ ਵੀ ਕਹਿ ਨਾ, ਸੋਭੀ ਕਹਿੰਦੀ ਗੰਗੂਆ ਕਮਾਂ ਵੀ ਕਹਿ ਨਾ। ਦਾਦੀ ਪੋਤੇ ਮਾਰ ਦਈਏ ਸੁਣੀ ਗੱਲ ਜਾਣ, ਜੈ ਰਵੇ ਕਮਾਂ ਦੇ ਸੀਨੇ ਪਏ ਸਭ ਜਾਣ, ਜੈ ਗੰਗੂਆ ਕਮਾਵੀ ਕਹਿਣਾ, ਸੋਭੀ ਕਹਿੰਦੀ ਗੰਗੂਆ ਕਮਾਵੀ।
ਵਾਸਤਾ ਗੁਰੂ ਦਾ ਬਣੀ ਨਾਲ ਪੁੱਤਰ ਧੀਰੇ ਓ
ਧਰਮ ਤੋਂ